ਮੈਨੂੰ ਪਤਾ, ਮੈਨੂੰ ਥੋੜ੍ਹੀ ਹਿਸਟਰੀ ਤਾਂ ਪਤਾ ਹੈਗੀ ਹੈ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਲਾਲ ਸਿੰਘ ਜੀ ਦੀ ਜਿਹੜੀ ਝੜਪ ਹੋਈ ਸੀਗੀ। ਲੇਕਿਨ ਆਪਾਂ ਹੁਣ ਗੁਰਪੁਰਬ ਦਾ ਮੌਕਾ ਹੈਗਾ, ਆਪਾਂ ਇਹ ਚੀਜ਼ਾਂ ਨੂੰ ਬਹਿ ਕੇ ਸੁਲਝਾਉਣ ਵਾਲੀਆਂ ਹੋਣੀਆਂ। ਆਪਾਂ ਪਹਿਲਾਂ ਗੁਰਪੁਰਬ ਲੰਘਾ ਲਈਏ। ਇੱਕ SSP ਸਾਹਿਬ ਆ ਰਹੇ ਆ ਹੁਣ ਵੀ, DCP ਅੰਕੁਰ ਗੁਪਤਾ ਜੀ ਉਹ ਆ ਰਹੇ ਆ, ਉਹ ਇੱਥੇ ਉਹਨਾਂ ਦੀ ਉੱਦਾਂ ਵਿਜ਼ਿਟ ਸੀਗੀ। ਆਪਾਂ ਉਹਨਾਂ ਸਾਹਮਣੇ ਆਪਣੇ ਸ਼ਹਿਰ ਦਾ ਮਾਹੌਲ ਨਾ ਉਹ ਦਿਖਾਈਏ ਕਿ ਜਿਸ ਮਾਹੌਲ ਹੀ ਖਰਾਬ ਸੀ। ਕੋਈ ਮਾਹੌਲ ਖਰਾਬ ਨਹੀਂ, ਮਾਹੌਲ ਨਹੀਂ ਹੋਇਆ ਖਰਾਬ ਵਾਲਾ ਕੰਮ ਹੈ। ਸੱਟ ਲੱਗੀ ਇੱਕ ਨੂੰ, ਬੰਨ੍ਹ ਕੇ ਬਿਠਾਇਆ ਨਹੀਂ। ਮੈਨੂੰ ਪਤਾ, ਮੈਨੂੰ ਥੋੜ੍ਹੀ ਹਿਸਟਰੀ ਤਾਂ ਪਤਾ ਹੈਗੀ ਹੈ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਲਾਲ ਸਿੰਘ ਜੀ ਦੀ ਜਿਹੜੀ ਝੜਪ ਹੋਈ ਸੀਗੀ। ਲੇਕਿਨ ਆਪਾਂ ਹੁਣ ਗੁਰਪੁਰਬ ਦਾ ਮੌਕਾ ਹੈਗਾ, ਆਪਾਂ ਇਹ ਚੀਜ਼ਾਂ ਨੂੰ ਬਹਿ ਕੇ ਸੁਲਝਾਉਣ ਵਾਲੀਆਂ ਹੋਣੀਆਂ। ਆਪਾਂ ਪਹਿਲਾਂ ਗੁਰਪੁਰਬ ਲੰਘਾ ਲਈਏ। ਇੱਕ SSP ਸਾਹਿਬ ਆ ਰਹੇ ਆ ਹੁਣ ਵੀ, DCP ਅੰਕੁਰ ਗੁਪਤਾ ਜੀ ਉਹ ਆ ਰਹੇ ਆ, ਉਹ ਇੱਥੇ ਉਹਨਾਂ ਦੀ ਉੱਦਾਂ ਵਿਜ਼ਿਟ ਸੀਗੀ। ਆਪਾਂ ਉਹਨਾਂ ਸਾਹਮਣੇ ਆਪਣੇ ਸ਼ਹਿਰ ਦਾ ਮਾਹੌਲ ਨਾ ਉਹ ਦਿਖਾਈਏ ਕਿ ਜਿਸ ਮਾਹੌਲ ਹੀ ਖਰਾਬ ਸੀ। ਕੋਈ ਮਾਹੌਲ ਖਰਾਬ ਨਹੀਂ, ਮਾਹੌਲ ਨਹੀਂ ਹੋਇਆ ਖਰਾਬ ਵਾਲਾ ਕੰਮ ਹੈ। ਸੱਟ ਲੱਗੀ ਇੱਕ ਨੂੰ, ਬੰਨ੍ਹ ਕੇ ਬਿਠਾਇਆ, ਤੁਹਾਡਾ ਬਾਬਾ ਜੀ ਕੀ ਸ਼ੁਭ ਨਾਮ? ਮਾਨ ਸਿੰਘ, ਕਿੱਥੋਂ? ਅੱਛਾ, ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਤਸਵੀਰਾਂ ਨੇ 22 ਨਵੰਬਰ ਦੀਆਂ। ਦਰਅਸਲ ਗੁਰਦੁਆਰਾ ਸੁਲਤਾਨਪੁਰ ਲੋਧੀ ਦੇ ਅਕਾਲ ਬੁੰਗਾ ਸਾਹਿਬ ਦੇ ਵਿੱਚ ਦੋ ਨਿਹੰਗ ਸਿੰਘ ਜਥੇਬੰਦੀਆਂ ਵਿਚਾਲੇ ਟਕਰਾਅ ਹੋਇਆ ਸੀ। ਉਸ ਤੋਂ ਬਾਅਦ ਗੋਲੀ ਚੱਲੀ ਸੀ ਜਿਸ ਦੇ ਵਿੱਚ ਇੱਕ ਹੋਮਗਾਰਡ ਜਵਾਨ ਦੀ ਮੌਤ ਹੋ ਗਈ ਸੀ, ਪਰ ਇਹ ਵੀਡੀਓ ਸਾਹਮਣੇ ਆਈ ਹੈ ਉਸ ਤੋਂ ਪਹਿਲਾਂ। ਦਰਅਸਲ ਜਿਹੜਾ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਹੈ, ਇਹ ਬਾਬਾ ਬਲਬੀਰ ਸਿੰਘ ਦੇ ਨਾਲ ਸੰਬੰਧਿਤ ਹੈ। 96 ਕਰੋੜੀ ਅਤੇ ਉਹਨਾਂ ਦਾ ਜਿਹੜਾ ਨਿਹੰਗ ਸਿੰਘ ਆ, ਉਸਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਬਾਬਾ ਮਾਨ ਸਿੰਘ ਦੇ ਵੱਲੋਂ। ਜਿਹੜਾ ਤਸਵੀਰ ਦੇ ਵਿੱਚ ਤੁਸੀਂ ਮੰਜੇ 'ਤੇ ਬੈਠੇ ਜਥੇਦਾਰ ਨੂੰ ਦੇਖ ਰਹੇ ਹੋ, ਉਹਨਾਂ ਦਾ ਨਾਮ ਬਾਬਾ ਮਾਨ ਸਿੰਘ ਹੈ। ਅਤੇ ਉਹਨਾਂ ਦੇ ਵੱਲੋਂ ਜਿਹੜਾ ਨਿਹੰਗ ਸਿੰਘ ਤੁਸੀਂ ਮਾਰਕ ਕਰਿਆ ਹੋਇਆ ਦੇਖ ਰਹੇ ਹੋ, ਉਹ ਬਾਬਾ ਬਲਬੀਰ ਸਿੰਘ ਧੜੇ ਦੇ ਨਾਲ ਸੰਬੰਧਿਤ ਹੈ। ਦੋ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਨੇ ਉਹ ਮੌਕੇ 'ਤੇ ਮੌਜੂਦ ਨੇ, ਅਤੇ ਉਹਨਾਂ ਦੇ ਵੱਲੋਂ ਜਿਹੜਾ ਬੰਦੀ ਬਣਾਇਆ ਹੋਇਆ ਨਿਹੰਗ ਸਿੰਘ ਹੈ, ਉਸ ਨੂੰ ਛੁਡਵਾ ਕੇ ਲਿਆਂਦਾ ਗਿਆ। ਹੱਥ ਉਸ ਦੇ ਬੰਨੇ ਹੋਏ ਸੀ, ਅਤੇ ਪੁਲਿਸ ਕੋਲ ਵੀ ਇਹੀ ਸ਼ਿਕਾਇਤ ਕੀਤੀ ਗਈ ਸੀ ਕਿ ਜਿਹੜਾ ਇਹ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਹੈ, ਇਸ 'ਤੇ ਬਾਬਾ ਬਲਬੀਰ ਸਿੰਘ ਦਾ ਧੜਾ ਸੇਵਾ ਕਰਦਾ ਸੀ, ਜਾਂ ਕਹਿ ਲਈਏ ਕਾਬਜ਼ ਸੀ। ਉਸ ਤੋਂ ਬਾਅਦ ਬਾਬਾ ਮਾਨ ਸਿੰਘ ਆਪਣੇ ਸਿੰਘਾਂ ਦੇ ਨਾਲ ਇੱਥੇ ਪਹੁੰਚਦੇ ਨੇ, ਅਤੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਬੰਦੀ ਬਣਾ ਲੈਂਦੇ ਨੇ, ਅਤੇ ਇਲਜ਼ਾਮ ਇਹ ਵੀ ਨੇ ਕਿ ਕੁੱਟਮਾਰ ਕੀਤੀ ਜਾਂਦੀ ਹੈ। ਅਤੇ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਨਿਹੰਗ ਸਿੰਘਾਂ ਦੇ ਵੱਲੋਂ ਬਾਬਾ ਮਾਨ ਸਿੰਘ ਦੇ ਧੜੇ ਦੇ ਵੱਲੋਂ ਬਾਬਾ ਬਲਬੀਰ ਸਿੰਘ ਨਾਲ ਸੰਬੰਧਿਤ ਨਿਹੰਗ ਸਿੰਘ ਨੂੰ ਬੰਦੀ ਬਣਾਇਆ ਗਿਆ ਸੀ। ਹੱਥ ਉਸ ਦੇ ਬੰਨੇ ਹੋਏ ਸੀ, ਅਤੇ ਪੁਲਿਸ ਅਧਿਕਾਰੀ ਜਿਹੜੇ ਉੱਥੇ ਪਹੁੰਚਦੇ ਨੇ ਉਹ ਗੱਲਬਾਤ ਵੀ ਕਰਦੇ ਨੇ, ਅਤੇ ਨਿਹੰਗ ਸਿੰਘ ਨੂੰ ਛੁਡਵਾ ਕੇ ਵੀ ਲੈ ਕੇ ਆਉਂਦੇ ਨੇ, ਅਤੇ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਣ ਦੀ ਵੀ ਕੋਸ਼ਿਸ਼ ਕਰਦੇ ਨੇ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ, ਦੋਹਾਂ ਧਿਰਾਂ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ। ਪੁਲਿਸ ਅਧਿਕਾਰੀ ਜਿਹੜੇ ਨੇ ਉਹ ਬਾਬਾ ਮਾਨ ਸਿੰਘ ਨੂੰ ਕੀ ਕਹਿ ਰਹੇ ਨੇ, ਬਾਬਾ ਮਾਨ ਸਿੰਘ ਪੁਲਿਸ ਅਧਿਕਾਰੀਆਂ ਨੂੰ ਕੀ ਕਹਿ ਰਹੇ ਨੇ। ਤਾਂ ਦੱਸ ਦਈਏ ਕਿ ਇਹ 22 ਨਵੰਬਰ ਦਾ ਵੀਡੀਓ ਹੈ, ਟਕਰਾਅ ਤੋਂ ਪਹਿਲਾਂ ਦਾ ਵੀਡੀਓ ਹੈ। ਉਸ ਤੋਂ ਬਾਅਦ ਟਕਰਾਅ ਹੁੰਦਾ, ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੁੰਦੇ ਨੇ, ਅਤੇ ਇੱਕ ਹੋਮਗਾਰਡ ਜਵਾਨ ਦੀ ਮੌਤ ਵੀ ਹੋਈ ਹੈ, ਜਿਸ ਦੇ ਵਿੱਚ ਹੁਣ 5 ਨਿਹੰਗ ਸਿੰਘ ਜਿਹੜੇ ਨੇ ਉਹ ਗ੍ਰਿਫਤਾਰ ਵੀ ਕੀਤੇ ਗਏ ਨੇ, ਕਤਲ ਦੇ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਨਿਹੰਗ ਸਿੰਘ ਬੰਦੀ ਬਣਾਇਆ ਗਿਆ ਸੀ ਅਤੇ ਇਸ ਨੂੰ ਛੁਡਵਾਇਆ ਗਿਆ।